ਵਾਟਰ ਕੈਨਨ ਵਾਲੇ ਨਵਦੀਪ ਨੂੰ ਸਖਤ ਸੁਰੱਖਿਆ ਦੇ ਹੇਠ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ 2 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ। ਦੱਸਦੇ ਕਿ ਪੁਲਿਸ ਦੇ ਵੱਲੋਂ 307 ਅਤੇ 379B ਦੀ ਧਾਰਾ ਲਗਾਈ ਗਈ ਹੈ। ਕੋਰਟ ਨੇ ਪੁਲਿਸ ਨੂੰ 2 ਦਿਨ ਦਾ ਰਿਮਾਂਡ ਦੇ ਦਿੱਤਾ। ਦੱਸਦੇ ਕਿ ਕਿਸਾਨੀ ਅੰਦੋਲਨ ਦਾ ਨੌਜਵਾਨ ਚਿਹਰਾ ਨਵਦੀਪ ਜਲਵੇੜਾ, ਜਿਸ ਨੂੰ ਅੰਬਾਲਾ ਦੀ CIA ਟੀਮ ਨੇ ਗ੍ਰਿਫਤਾਰ ਕੀਤਾ ਸੀ, ਤਾਂ ਅੱਜ ਸਖਤ ਸੁਰੱਖਿਆ ਦੇ ਹੇਠ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ। ਔਰ ਉਸਦਾ ਇੱਕ ਹੋਰ ਸਾਥੀ ਗੁਰਕੀਰਤ ਅੰਬਾਲਾ ਪੁਲਿਸ ਨੇ ਕੱਲ ਮੋਹਾਲੀ ਏਅਰਪੋਰਟ ਤੋਂ ਹਿਰਾਸਤ ਵਿੱਚ ਲਿਆ ਸੀ। ਨਵਦੀਪ ਤੇ ਪੁਲਿਸ ਨੇ 13 ਫਰਵਰੀ ਨੂੰ ਕਿਸਾਨੀ ਅੰਦੋਲਨ ਦੇ ਦੌਰਾਨ FIR ਨੰਬਰ 40 ਦਰਜ ਕੀਤੀ ਸੀ। ਨਵਦੀਪ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਨੇ 4 ਦਿਨ ਦਾ ਰਿਮਾਂਡ ਮੰਗਿਆ ਸੀ, ਪਰ ਮਾਣਯੋਗ ਅਦਾਲਤ ਵੱਲੋਂ 2 ਦਿਨ ਦਾ ਰਿਮਾਂਡ ਆ ਜਿਹੜਾ ਉਹ ਦਿੱਤਾ ਗਿਆ। ਤਾਂ ਵਕੀਲ ਦੇ ਵੱਲੋਂ ਇਹ ਕਿਹਾ ਗਿਆ ਕਿ ਪੁਲਿਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਨਵਦੀਪ ਤੇ ਉਸਦੇ ਸਾਥੀ ਨੂੰ ਪੇਸ਼ ਕੀਤਾ ਗਿਆ ਜਿਵੇਂ ਉਹ ਅੱਤਵਾਦੀ ਹੋਵੇ। ਨਵਦੀਪ ਤੇ ਜੋ ਧਰਾਵਾਂ ਲਗਾਈਆਂ ਗਈਆਂ ਨੇ ਕਿਸਾਨੀ ਅੰਦੋਲਨ ਦੇ ਦੌਰਾਨ, ਉਹ ਪੁਲਿਸ ਨਹੀਂ ਲਗਾ ਸਕਦੀ। ਪੁਲਿਸ ਨੇ ਨਵਦੀਪ ਤੋਂ ਡੰਡੇ, ਗੁਲੇਲ, ਮੋਡੀਫਾਈ ਕੀਤਾ ਹੋਇਆ ਟਰੈਕਟਰ ਔਰ ਹੋਰ ਸਮਾਨ ਕਿੱਥੋਂ ਤਿਆਰ ਕਰਵਾਇਆ ਸੀ ਉਸਦੀ ਰਿਕਵਰੀ ਕਰਨੀ ਹੈ। ਇਸ ਲਈ ਅਦਾਲਤ ਦੇ ਵੱਲੋਂ ਪੁਲਿਸ ਨੂੰ 2 ਦਿਨ ਦਾ ਰਿਮਾਂਡ ਆ ਜਿਹੜਾ ਉਹ ਦਿੱਤਾ ਗਿਆ। ਔਰ ਜਦੋਂ ਨਵਦੀਪ ਜਲਵੇੜਾ ਅਤੇ ਉਸਦੇ ਸਾਥੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਕਮਾਂਡੋ ਦੇ ਨਾਲ ਨਾਲ ਪੁਲਿਸ ਆ ਜਿਹੜੀ ਉਹ ਵੀ ਮੌਜੂਦ ਸੀ। ਪੂਰੀ ਸਖਤ ਸੁਰੱਖਿਆ ਦੇ ਹੇਠ ਨਵਦੀਪ ਜਲਵੇੜੇ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਦੇ ਵੱਲੋਂ 307 ਔਰ 379B ਦੀ ਧਾਰਾ ਜਿਹੜੀ ਨਵਦੀਪ 'ਤੇ ਲਗਾਈ ਗਈ ਹੈ। ਕਿਸਾਨੀ ਅੰਦੋਲਨ ਦਾ ਇੱਕ ਪ੍ਰਮੁੱਖ ਚਿਹਰਾ, ਜਦੋਂ ਕਿਸਾਨੀ ਅੰਦੋਲਨ ਦੂਜਾ ਚੱਲਿਆ ਤਾਂ ਉਸ ਵੇਲੇ ਨਵਦੀਪ ਪੂਰਾ ਸਰਗਰਮ ਸੀ। ਲਾਈਵ ਹੋ ਕੇ ਉਸਨੇ ਕਿਸਾਨਾਂ ਨੂੰ ਲਾਮਬੰਦ ਕੀਤਾ ਔਰ ਕਿਹਾ ਕਿ ਤੁਸੀਂ ਹਰਿਆਣੇ ਆਓ, ਅਸੀਂ ਤੁਹਾਡੇ ਨਾਲ ਹਾਂ। ਤਾਂ ਕਿਸਾਨਾਂ ਦੀ ਕਿਤੇ ਨਾ ਕਿਤੇ ਅਗਵਾਈ ਵੀ ਕੀਤੀ, ਕਿਸਾਨੀ ਨੌਜਵਾਨ ਆਗੂ ਬਣ ਕੇ ਉਭਰੇ। ਤਾਂ ਹੁਣ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੋਹਾਲੀ ਏਅਰਪੋਰਟ ਤੋਂ, ਨਾਲ ਉਸਦਾ ਸਾਥੀ ਸੀ। ਪੁਲਿਸ ਦੇ ਵੱਲੋਂ ਵੱਖ ਵੱਖ ਧਰਾਵਾਂ ਨੇ ਜਿਹੜੀਆਂ ਲਗਾਈਆਂ ਗਈਆਂ ਨੇ। ਸਖਤ ਸੁਰੱਖਿਆ ਦੇ ਹੇਠ ਅੱਜ ਉਸਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। 2 ਦਿਨਾਂ ਦੇ ਵਿੱਚ ਉਸ ਤੋਂ ਪੁੱਛਗਿੱਛ ਹੋਵੇਗੀ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਇਸਨੇ ਡੰਡੇ, ਗੁਲੇਲ, ਮੋਡੀਫਾਈਡ ਟਰੈਕਟਰ ਆ ਜਿਹੜਾ ਉਹ ਕਿੱਥੋਂ ਅਤੇ ਕਿਉਂ ਤਿਆਰ ਕਰਵਾਇਆ ਸੀ। ਦੱਸਦੇ ਕਿ ਹਰਿਆਣਾ ਪੁਲਿਸ ਦੇ ਵੱਲੋਂ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸੀ, ਉਹਨਾਂ ਤਸਵੀਰਾਂ ਦੇ ਵਿੱਚ ਵਾਟਰ ਕੈਨਨ ਵਾਲਾ ਨਵਦੀਪ ਨਜ਼ਰ ਆਇਆ ਸੀ। ਤਾਂ ਪੁਲਿਸ ਦੇ ਵੱਲੋਂ ਨਵਦੀਪ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ 2 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ। आज नवदीप जलवेड़ा और गुरकीरत सिंह को माननीय अदालत में पेश किया गया और इनका 4 दिन का पुलिस रिमांड मांगा था। FIR नंबर 40 है जो डेटेड 13/2/2024 की है। उसमें काफ़ी धाराएं पुलिस ने लगाई हैं, जिसमें 307 आप प्रमुख रूप से कह सकते हैं और स्नैचिंग की 379B IPC की ये धाराएं लगाई गई हैं। तो सबसे पहले हमने कोर्ट को ये बताया कि जिस प्रकार से इनको लेके आए हैं, ये ऐसे एक टेररिस्ट को लाया जाता है। और मैंने कोर्ट को ये बताया साथ में कि उन पुलिस ने अपने रिमांड पेपर में खुद लिखा है कि जो ये आंदोलन था, ये किसान आंदोलन है और ये किसानों के एक नेता हैं जो पीसफुली प्रोटेस्ट कर रहे थे और पीसफुल प्रोटेस्ट करना कोई जुर्म नहीं है। और इन्होंने 4 दिन का जो रिमांड मांगा था वो ये कह के मांगा था कि कुछ तलवारें रिकवर करनी हैं, गुलेल रिकवर करनी है, डंडे रिकवर करने हैं, जो ट्रैक्टर मॉडिफाई कराया, किस मिस्त्री से कराया, उसके बारे में पूछताछ करनी है और एक फॉर्च्यूनर गाड़ी रिकवर करनी है।
तो कोर्ट में हर चीज़ को प्रॉपरली बताया गया हमारी तरफ से कि ये सारी पुलिस की मनगढ़ंत कहानी है, 307 का कोई ऑफेंस नहीं बनता, कोई स्नैचिंग का ऑफेंस नहीं बनता। तो पुलिस द्वारा ये सारी कहानी बनाई गई है, लेकिन कोर्ट ने 2 दिन का पुलिस रिमांड दिया और साथ में पुलिस को डायरेक्शंस दी हैं इनके बार मेडिकल करवाने के लिए, और जहाँ जहाँ उन्होंने लेके जाना है तो वहाँ की DDR भी मांगी गई हैं कि आप सचमुच में वहाँ पे लेके गए हो तो DDR एंट्री भी चाहिए, और अगर ये अपने बयान से मुकरते हैं तो उसके लिए द्वारा का है कि कोर्ट में पेश करें। चंडीगढ़ पुलिस ने CIA अम्बाला ने मोहाली एयरपोर्ट से इनको गिरफ्तार किया था। ये बात इन्होंने लिखी है कि हमने मोहाली एयरपोर्ट से इनको काबू किया, गिरफ्तारी इन्होंने अम्बाला में दिखाई, लेकिन इन्होंने जो गिरफ्तारी की थी वो मोहाली एयरपोर्ट से की थी, और ये जब ये कहीं से ट्रैवल कर रहे थे तो कोर्ट को हमने ये भी बताया इनकी तरफ से कोई ख़तरा नहीं है, कोई ऐसी औचित्य नहीं है आज पकड़ने का, लेकिन इन्होंने अपनी जो बात रखी है पुलिस ने उसके ऊपर 2 दिन का पुलिस रिमांड दिया गया।